ਹੋਸਟਲ 'ਚ ਵੜਿਆ 5 ਫੁੱਟ ਲੰਮਾ ਕੋਬਰਾ। ਰੋਟੀ ਖਾ ਰਹੇ ਸੀ ਵਿਦਿਆਰਥੀ, ਅਚਾਨਕ ਮੱਚ ਗਈ ਭਗਦੜ, ਜਿਸ ਤੋਂ ਬਾਅਦ ਦੇਖੋ ਕੀ ਬਣ ਗਿਆ ਮਾਹੌਲ। ਦੱਸ ਦਈਏ ਕਿ ਇੱਕ ਕਾਲਜ ਦੇ ਹੋਸਟਲ ਦੇ ਵਿੱਚ 5 ਫੁੱਟ ਲੰਮਾ ਕੋਬਰਾ ਵੜ ਜਾਂਦਾ ਹੈ, ਜਿਸ ਤੋਂ ਬਾਅਦ ਰੌਲਾ ਰੱਪਾ ਪਿਆ ਤਾਂ ਕੋਬਰਾ ਹੋਸਟਲ ਦੀ ਮੈੱਸ ਦੇ ਵਿੱਚ ਪਹੁੰਚ ਗਿਆ, ਜਿੱਥੇ ਬੱਚੇ ਰੋਟੀ ਖਾ ਰਹੇ ਹੁੰਦੇ ਨੇ। ਵਿਦਿਆਰਥੀ ਜਦ ਰੋਟੀ ਖਾ ਰਹੇ ਸੀ, ਅਚਾਨਕ ਉਹਨਾਂ ਨੇ ਇਸ ਕਾਲੇ ਰੰਗ ਦੇ ਕੋਬਰੇ ਨੂੰ ਦੇਖਿਆ ਤਾਂ ਹੈਰਾਨ ਰਹਿ ਗਈ। ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਬਾਅਦ ਦੇ ਵਿੱਚ ਜਦ ਕੋਬਰੇ ਨੇ ਆਪਣਾ ਫਨ ਚੁੱਕਿਆ ਤਾਂ ਫਿਰ ਸਾਰਿਆਂ ਦੀਆਂ ਭਾਜੜਾਂ ਪੈ ਗਈਆਂ। ਸਾਰੇ ਜਿਹੜੇ ਵਿਦਿਆਰਥੀ ਸੀ ਭੱਜ ਕੇ ਆਪਣੀਆਂ ਥਾਲੀਆਂ ਚੁੱਕ ਕੇ ਬਾਹਰ ਹੌਲੇ ਹੋਸਟਲ ਦੀ ਮੈੱਸ ਤੋਂ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹੋਸਟਲ ਦੇ ਵਿੱਚ 100 ਤੋਂ ਵੱਧ ਸਟੂਡੈਂਟ ਸੀ, ਕਿਸੇ ਨੂੰ ਵੀ ਦੱਸ ਸਕਦਾ ਸੀ ਇਹ ਕੋਬਰਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕੋਟਾ ਦੇ ਰਾਜਸਥਾਨ ਟੈਕਨੀਕਲ ਯੂਨੀਵਰਸਿਟੀ ਦੀਆਂ, ਜਿੱਥੇ ਹੋਸਟਲ ਨੰਬਰ 3 ਦੇ ਅੰਦਰ ਕਾਲੇ ਰੰਗ ਦਾ ਕੋਬਰਾ ਵੜ ਗਿਆ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਅਤੇ ਹੜਕੰਪ ਮੱਚਣ ਤੋਂ ਬਾਅਦ ਤੁਸੀਂ ਦੇਖੋ ਰੈਸਕਿਊ ਕਰਨ ਵਾਲਿਆਂ ਨੂੰ ਬੁਲਾਇਆ ਗਿਆ। ਰੈਸਕਿਊ ਕਰਨ ਵਾਲਿਆਂ ਨੂੰ ਵੀ ਜਾਨ ਨੂੰ ਲਾਲੇ ਪਏ ਹੋਏ ਸੀ, ਕਿਉਂਕਿ ਇਹ ਕੋਬਰਾ ਕਾਫੀ ਖਤਰਨਾਕ ਸੀ, ਲੋਕ ਡਰ ਰਹੇ ਸੀ, ਇਹ ਫੰਕਾਰਾਂ ਮਾਰ ਰਿਹਾ ਸੀ, ਜਿਸ ਕਰਕੇ ਕੋਈ ਵੀ ਇਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਬਾਅਦ ਦੇ ਵਿੱਚ ਰੈਸਕਿਊ ਦਾ ਕੋਈ ਵੱਡਾ ਅਧਿਕਾਰੀ ਆਉਂਦਾ ਹੈ, ਵੱਡਾ ਜਿਸ ਨੂੰ ਮਹਾਰਤ ਹਾਸਲ ਹੈ ਉਹ ਆਉਂਦਾ ਹੈ, ਉਸਦੇ ਵੱਲੋਂ ਇਸ ਕੋਬਰੇ ਨੂੰ ਰੈਸਕਿਊ ਕੀਤਾ ਗਿਆ ਅਤੇ ਫਿਰ ਇਹਨੂੰ ਜੰਗਲਾਂ ਦੇ ਵਿੱਚ ਛੱਡ ਦਿੱਤਾ ਗਿਆ ਹੈ। ਹੋਸਟਲ 'ਚ ਵੜਿਆ 5 ਫੁੱਟ ਲੰਮਾ ਕੋਬਰਾ। ਰੋਟੀ ਖਾ ਰਹੇ ਸੀ ਵਿਦਿਆਰਥੀ, ਅਚਾਨਕ ਮੱਚ ਗਈ ਭਗਦੜ, ਜਿਸ ਤੋਂ ਬਾਅਦ ਦੇਖੋ ਕੀ ਬਣ ਗਿਆ ਮਾਹੌਲ। ਦੱਸ ਦਈਏ ਕਿ ਇੱਕ ਕਾਲਜ ਦੇ ਹੋਸਟਲ ਦੇ ਵਿੱਚ 5 ਫੁੱਟ ਲੰਮਾ ਕੋਬਰਾ ਵੜ ਜਾਂਦਾ ਹੈ, ਜਿਸ ਤੋਂ ਬਾਅਦ ਰੌਲਾ ਰੱਪਾ ਪਿਆ ਤਾਂ ਕੋਬਰਾ ਹੋਸਟਲ ਦੀ ਮੈੱਸ ਦੇ ਵਿੱਚ ਪਹੁੰਚ ਗਿਆ, ਜਿੱਥੇ ਬੱਚੇ ਰੋਟੀ ਖਾ ਰਹੇ ਹੁੰਦੇ ਨੇ। ਵਿਦਿਆਰਥੀ ਜਦ ਰੋਟੀ ਖਾ ਰਹੇ ਸੀ, ਅਚਾਨਕ ਉਹਨਾਂ ਨੇ ਇਸ ਕਾਲੇ ਰੰਗ ਦੇ ਕੋਬਰੇ ਨੂੰ ਦੇਖਿਆ ਤਾਂ ਹੈਰਾਨ ਰਹਿ ਗਈ। ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਬਾਅਦ ਦੇ ਵਿੱਚ ਜਦ ਕੋਬਰੇ ਨੇ ਆਪਣਾ ਫਨ ਚੁੱਕਿਆ ਤਾਂ ਫਿਰ ਸਾਰਿਆਂ ਦੀਆਂ ਭਾਜੜਾਂ ਪੈ ਗਈਆਂ। ਸਾਰੇ ਜਿਹੜੇ ਵਿਦਿਆਰਥੀ ਸੀ ਭੱਜ ਕੇ ਆਪਣੀਆਂ ਥਾਲੀਆਂ ਚੁੱਕ ਕੇ ਬਾਹਰ ਹੌਲੇ ਹੋਸਟਲ ਦੀ ਮੈੱਸ ਤੋਂ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹੋਸਟਲ ਦੇ ਵਿੱਚ 100 ਤੋਂ ਵੱਧ ਸਟੂਡੈਂਟ ਸੀ, ਕਿਸੇ ਨੂੰ ਵੀ ਦੱਸ ਸਕਦਾ ਸੀ ਇਹ ਕੋਬਰਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕੋਟਾ ਦੇ ਰਾਜਸਥਾਨ ਟੈਕਨੀਕਲ ਯੂਨੀਵਰਸਿਟੀ ਦੀਆਂ, ਜਿੱਥੇ ਹੋਸਟਲ ਨੰਬਰ 3 ਦੇ ਅੰਦਰ ਕਾਲੇ ਰੰਗ ਦਾ ਕੋਬਰਾ ਵੜ ਗਿਆ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਅਤੇ ਹੜਕੰਪ ਮੱਚਣ ਤੋਂ ਬਾਅਦ ਤੁਸੀਂ ਦੇਖੋ ਰੈਸਕਿਊ ਕਰਨ ਵਾਲਿਆਂ ਨੂੰ ਬੁਲਾਇਆ ਗਿਆ। ਰੈਸਕਿਊ ਕਰਨ ਵਾਲਿਆਂ ਨੂੰ ਵੀ ਜਾਨ ਨੂੰ ਲਾਲੇ ਪਏ ਹੋਏ ਸੀ, ਕਿਉਂਕਿ ਇਹ ਕੋਬਰਾ ਕਾਫੀ ਖਤਰਨਾਕ ਸੀ, ਲੋਕ ਡਰ ਰਹੇ ਸੀ, ਇਹ ਫੰਕਾਰਾਂ ਮਾਰ ਰਿਹਾ ਸੀ, ਜਿਸ ਕਰਕੇ ਕੋਈ ਵੀ ਇਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਬਾਅਦ ਦੇ ਵਿੱਚ ਰੈਸਕਿਊ ਦਾ ਕੋਈ ਵੱਡਾ ਅਧਿਕਾਰੀ ਆਉਂਦਾ ਹੈ, ਵੱਡਾ ਜਿਸ ਨੂੰ ਮਹਾਰਤ ਹਾਸਲ ਹੈ ਉਹ ਆਉਂਦਾ ਹੈ, ਉਸਦੇ ਵੱਲੋਂ ਇਸ ਕੋਬਰੇ ਨੂੰ ਰੈਸਕਿਊ ਕੀਤਾ ਗਿਆ ਅਤੇ ਫਿਰ ਇਹਨੂੰ ਜੰਗਲਾਂ ਦੇ ਵਿੱਚ ਛੱਡ ਦਿੱਤਾ ਗਿਆ ਹੈ।